ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਹੈਪੀ ਲੋਹੜੀ ਸਾਰਿਆਂ ਨੂੰ। ਅਤੇ ਕੌਣ ਕੌਣ ਮਨਾ ਰਿਹਾ ਲੋਹੜੀ, ਅਤੇ ਕੌਣ ਕੌਣ ਬਾਲ ਰਿਹਾ ਅੱਜ ਭੁੱਗਾ, ਅਤੇ ਦੱਸਿਓ ਕਮੈਂਟ ਕਰਕੇ। ਸੁਣ ਕੀ ਕਰਨ ਡੀ? ਕੁਛ ਨਹੀਂ, ਇਹਦੇ ਤੇ ਵਿਹਲੇ। ਫੁੱਲੇ ਕਿੰਨੇ ਲਿਆਂਦੇ? ਪਹਿਲਾਂ ਵੇਖ ਇੱਦਾਂ ਹੀ ਆ ਜਾਂਦੇ ਹੁੰਦੇ ਸੀ ਕਿੰਨੇ ਕਿੰਨੇ ਫੁੱਲੇ, ਹੈ ਨਾ, ਮਹੀਨਾ ਮਹੀਨਾ ਖਾਂਦੇ ਰਹਿਣਾ। ਲੋਹੜੀ ਦੇ ਕਿੰਨੇ ਫੁੱਲੇ ਆਉਂਦੇ ਹੁੰਦੇ? ਲੋਹੜੀ ਵੰਡਦੇ ਹੁੰਦੇ ਆ ਨਾ, ਜਿਹਨਾਂ ਦੇ ਘਰ ਮੁੰਡੇ ਹੋਣੇ ਜਾਂ ਵਿਆਹ ਹੋਣਾ, ਉਹਨੀ ਕੋਈ ਵੰਡਦਾ। ਨਾਲੇ ਲੋਹੜੀ ਦਾ ਪਤਾ ਪਿੰਡ 'ਚ ਲੱਗਦਾ, ਇੱਥੇ ਡੇਰੇ 'ਤੇ ਪਤਾ ਨਹੀਂ ਲੱਗਦਾ। ਇੱਥੇ ਪਤਾ ਹੀ ਲੱਗਣ ਡਿਆ ਵੀ ਅੱਜ ਲੋਹੜੀ ਹੈ। ਆਹੋ, ਪਿੰਡ ਮੁੰਡੇ 'ਚ ਆਏਗਾ, ਵਾ ਰੌਣਕ ਰੌਣਕ ਹੁੰਦੀ ਹੈ। ਨਿਆਣੇ ਸਾਰੇ ਚੱਲ ਗਏ ਪਿੰਡ ਗੁੱਡੀਆਂ ਚੜ੍ਹਾਉਣ, ਅਤੇ ਇੱਥੇ ਜਿਹੜੀ ਰੌਣਕ ਹੈਗੀ ਸੀ ਮਾੜੀ ਮੋਟੀ, ਉਹ ਵੀ ਜਾਂਦੀ ਰਹੀ। ਲੋਹੜੀ ਨਾਲ ਵੱਧ ਰੌਣਕ ਤਾਂ ਉੱਦਾਂ ਰਹਿੰਦੀ ਹੈ ਇੱਥੇ। ਅੱਜ ਲੋਹੜੀ, ਅਤੇ ਅੱਜ ਅੱਜ ਸਾਰੇ ਪਿੰਡ ਨੂੰ ਨਿਕਲ ਗਏ ਗੁੱਡੀਆਂ ਚੜ੍ਹਾਉਣ। ਅਤੇ ਹੁਣ ਕੀ ਲੱਗੀ ਕਰਨ? ਚਾਹ ਬਣਾਉਣੀ? ਨਹੀਂ, ਪਾਣੀ ਗਰਮ ਕਰਨ ਡੀ ਹੈ। ਪਾਣੀ ਗਰਮ ਕਰਨ ਡੀ ਪੀਣ ਵਾਸਤੇ। ਅੱਛਾ ਅੱਛਾ, ਠੀਕ ਆ। ਤੂੰ ਵੀ ਕਹਿ ਰਹੇ ਸਾਰਿਆਂ ਨੂੰ ਹੈਪੀ ਲੋਹੜੀ। ਹੈਪੀ ਲੋਹੜੀ ਸਾਰਿਆਂ ਨੂੰ। ਅਤੇ ਅੱਜ ਕੌਣ ਕੌਣ ਭੁੱਗਾ ਬਾਲ ਰਿਹਾ, ਕਮੈਂਟ ਕਰਕੇ ਦੱਸਿਓ ਕਿੰਨੇ ਕਿੰਨੇ ਮਨਾਈ ਲੋਹੜੀ। ਲੋਹੜੀ ਵਾਲੇ ਦਿਨ ਲਾਈਦਾ ਈ ਓ, ਤੈਨੂੰ ਕਹਿੰਦੇ ਕਿਹਾ ਮਾਘੀ ਵਾਲੇ ਦਿਨ ਲਾਈ? ਤੁਹਾਡੇ ਪੁੱਠੇ ਚੱਲਦੇ ਫਿਰ ਕੇ? ਨਹੀਂ ਪੁੱਠੇ ਨਹੀਂ, ਰਿਵਾਜ ਹੁੰਦਾ ਜੀ ਹੁੰਦਾ ਜੀ। ਨਹੀਂ ਭਰਾਵਾ, ਲੋਹੜੀ ਵਾਲੇ ਦਿਨ ਹੁੰਦਾ ਭੁੱਗਾ। ਫਿਰ ਆਪੋ ਆਪਣਾ ਪਿੰਡਾਂ ਚ ਰਿਵਾਜ ਹੈ, ਫਿਰ ਲੋਹੜੀ ਵਾਲੇ ਦਿਨ ਲਾ ਲੈਂਦੇ ਆ, ਤੇ ਕੋਈ ਮਾਘੀ ਵਾਲੇ ਦਿਨ ਲਾ ਲੈਂਦੇ। ਇੱਧਰ ਆਏ ਆ ਬੁੱਟ ਸਾਹਿਬ, ਹੈਪੀ ਲੋਹੜੀ। ਸਤਿ ਸ਼੍ਰੀ ਅਕਾਲ ਜੀ, ਹੈਪੀ ਲੋਹੜੀ। ਮੈਂ ਚੜ੍ਹਾਉਣ ਡਿਆ ਸੀ ਹੈਪੀ ਲੋਹੜੀ, ਤਾਂ ਠੀਕ ਆ, ਮੈਂ ਆਵਿਆ ਵੀਡੀਓ ਬਣਾਉਣਾ। ਸੋਨੂੰ ਵੀਰ ਮੈਂ ਕਹਿੰਦਾ ਆ ਜਾ ਪਤੰਗਾਂ ਚੜ੍ਹਾਉਣ ਚਲੀਏ, ਮੈਂ ਪਤੰਗਾਂ ਚੜ੍ਹਾਉਣ ਡਿਆ ਸੀ, ਅਤੇ ਇਹਨੇ ਕਹਿਤਾ ਵੀ ਚੱਲ ਕਿੱਥੇ? ਘਰ ਕੋਠੇ 'ਤੇ। ਮੈਂ ਭਰਾਵਾ ਇੱਥੇ ਹੀ ਹਾਂ, ਸਵੇਰ ਦਾ ਬੱਕੀ ਸਾਰੇ ਗਏ। ਪਹਿਲਾਂ ਮੈਂ 9 ਵਜੇ ਨਿਕਲਿਆ ਵੀ ਖੀ ਲੈ ਆਉਂਦਾ ਵਾਂ ਰਹੋ, ਤੇ ਅੱਗੇ ਗਿਆ ਇੰਦਰਜੀਤ ਭਵਾਨ, ਕਹਿੰਦਾ ਵੀ ਕੱਢਣ ਡੇ ਆ ਜਾ, ਜਿਹਨਾਂ ਨੂੰ ਮੈਂ ਪਹੁੰਚਾ ਗੰਨੇ ਖਤਮ ਹੋ ਗਏ। ਫਿਰ ਉਹਨੇ ਲਾਏ ਬੰਦੇ ਗੰਨੇ ਵੱਢਣ, ਗੰਨੇ ਵੱਢੇ, ਰਾਓ ਕੱਢੀ, ਤੇ 12 ਵੱਜ ਗਏ। ਘਰ ਗਿਆ, ਫਿਰ ਡੋਰ ਲਿਆਂਦੀ, ਗੁੱਡੇ ਲਿਆਂਦੇ, ਹਲੇ ਅੱਧਾ ਘੰਟਾ ਚੜਾਏ ਹੋਣੇ, ਫੋਨ ਆ ਗਿਆ ਵੀਡੀਓ ਬਣਾਉਣਾ ਜੋ। ਡੋਰ ਕਿਹੜੀ ਲਿਆਂਦੀ? ਡੋਰ ਦਾ ਨਾਂ ਨੀ ਲੈਣਾ, ਡੋਰ ਅਰਕਾ ਦੂਜੀ ਜ਼ਿਆਦਾ ਚੱਲਣ ਡੀ, ਚੈਨਾ ਚੂਨਾ ਬੰਦ ਹੋ ਗਈ ਹੈ, ਚੈਨਾ ਚੂਨਾ ਬੰਦ ਹੋ ਗਈ ਅਰਕਾ। ਨਹੀਂ ਚੱਲਦੀ ਆ, ਜ਼ਿਆਦਾ ਜ਼ਿਆਦਾ ਲੋਕਾਂ ਲੈ ਹੀ ਆਉਂਦੀ, ਭਾਵੇਂ ਜੋ ਮਰਜ਼ੀ ਹੈ ਯਾਰ। ਮਿਲ ਗਈ ਚੋਰੀ ਛੱਪੀ? ਲੋਕਾਂ ਨੇ ਚੋਰੀ ਛੱਪੀ ਵਿੱਚ ਉੱਚੀ ਜਾਂਦੇ, ਪਰ ਉਦਾਂ ਯਾਰ ਇਹ ਨਹੀਂ ਬੰਦ ਹੋ ਸਕਦੀ, ਮੈਨੂੰ ਹਿਸਾਬ ਲਾਇਆ ਮੈਂ। ਨਹੀਂ ਬੜਾ ਜ਼ੋਰ, ਐਰਕਾਂ ਹੀ ਚੱਲਣੀ ਜਿਹੜੀ ਚੱਲ ਗਈ ਆ। ਹੁਣ ਅਗਲੀ ਵਾਰ ਨਹੀਂ, ਬਹੁਤ ਜ਼ਿਆਦਾ ਸਟ੍ਰਿਕ ਕਰਤਾ ਕੰਮ। ਹੁਣ ਅਗਲੀ ਮੈਂ ਤਾਂ ਸਗੋਂ ਕਹਿੰਦਾ ਵੀ ਬੰਦ ਹੋਵੇ। ਉਦਾਂ ਯਾਰ ਦੁਕਾਨਦਾਰਾਂ ਦਾ, ਵਿਚਾਰਿਆਂ ਦਾ, ਦੂਜਿਆਂ ਦਾ ਕੰਮ, ਹੈਨਾ। ਹੋਰ ਕੀ ਯਾਰ, ਉਹ ਪਤਾ ਕਿੰਨੀ ਮਿਹਨਤ ਕਰਦੇ ਵਿਚਾਰੇ, ਡੋਰਾਂ ਲਾਉਂਦੇ ਸੀ, ਉਹਨਾਂ ਨੂੰ ਆਸ ਹੁੰਦੀ ਸੀ ਵੀ ਦਿਨ ਤਿਉਹਾਰ ਦੇ, ਤੇ ਆਪਣੇ ਦੇਸ਼ ਨੂੰ ਫਾਇਦਾ ਨਹੀਂ ਹੈ, ਆਪਣੇ ਬੰਦਿਆਂ ਨੂੰ ਕੀ ਫਾਇਦਾ ਕਮਾਉਣ ਤੇ ਚੈਨਾ ਡਿਆ। ਸਾਡੇ ਲੋਕਾਂ ਨੂੰ ਚਾਹੀਦੀ ਆਪਣੇ ਦੇਸ਼ ਦੀ ਡੋਰ ਖਰੀਦਣੀ। ਹੁਣ ਉਧਰੋਂ ਸਾਡੇ ਦਾ ਪਾਕਿਸਤਾਨੀ ਆਉਣ ਡਿਆ ਪੀਓ, ਦੇਖੋ ਪਾਕਿਸਤਾਨ ਦੀ ਡੋਰ ਚੱਲਣ ਡੀ, ਅਜੇ ਇੰਨੀ ਨਹੀਂ ਚੱਲੀ। ਭਾਬੀ ਵੀ ਸਾਡੀ ਆ ਗਈ ਆ, ਭਾਬੀ ਨੂੰ ਹੈਪੀ ਲੋਹੜੀ। ਆਹੋ, ਬੜੇ ਦਿਨਾਂ ਬਾਅਦ ਅੱਜ ਸੂਰਜ ਦੇ ਦਰਸ਼ਨ ਹੋਏ ਆ, ਤੇ ਕਿੱਥੇ ਕਿੱਥੇ ਅੱਜ ਸੂਰਜ ਲੋਹੜੀ ਵਾਲੇ ਦਿਨ ਨਿਕਲਿਆ, ਦੱਸਿਓ ਭਲਾ। ਲੋਹੜੀ ਬਜ਼ੁਰਗ ਮੈਂ ਹੀ ਸਭ ਤੋਂ ਵੱਡਾ, ਤੇ ਮੈਂ ਹੀ ਪਹਿਲਾਂ ਕਿਹਾ ਸੀ ਲੋਹੜੀ ਵਾਲੇ ਦਿਨ ਧੁੱਪ ਲੱਗ ਜਾਣੀ। ਬਹਿ ਕੇ ਕਿਤਾਬ ਸੋਹਣ ਸਿੰਘ ਸੀਤਲ ਦੀ, ਸਿੱਖ ਰਾਜ ਕਿਵੇਂ ਬਣਿਆ। ਇਹ ਫੁੱਫੜ ਨੇ ਫਿਰ ਕਵਿਸ਼ਰੀ ਕਰਨੀ ਹੁੰਦੀ ਆ, ਕਥਾ ਕਰਨੀ ਹੁੰਦੀ ਆ, ਫਿਰ ਪੜ੍ਹਨੀਆਂ ਪੈਂਦੀਆਂ। ਵਧੀਆ ਗੱਲ ਆ। ਕਿੱਦਾਂ ਮਨਾ ਰਿਹਾ ਫਿਰ ਅੱਜ ਲੋਹੜੀ? ਫਿਰ ਹੈਪੀ ਲੋਹੜੀ ਕਹਿਤਾ ਵਾ, ਪੈਗ ਪੁਗ ਲਾ ਰਿਹਾ ਕਿ ਨਹੀਂ? ਨਾ ਪੈਗ ਨਹੀਂ ਲਾਈਦਾ, ਵੈਸ਼ਨੋ ਵੀਡੀਓ ਜਿਹੜੀ ਦੱਸਦਾ ਤਾਂ ਬੜੀ ਪੀਂਦਾ ਹੈ। ਨਾ ਨਾ, ਬਿੱਤੀ ਬਿਲਕੁਲ ਬਿੱਤੀ ਵੈਸ਼ਨੋ, ਕੋਈ ਪੈਗ ਨਹੀਂ, ਕੋਈ ਆਂਡਾ ਨਹੀਂ, ਕੋਈ ਮੱਛੀ ਨਹੀਂ, ਕੋਈ ਮੀਟ ਨਹੀਂ, ਛੱਡਦਾ ਹੀ ਨਹੀਂ, ਛੱਡਦਾ ਵਾ ਨਹੀਂ ਲੈਣੀ ਖਾਣਾ। ਨਹੀਂ ਇਹ ਬੰਦਾ ਸੋਫੀ ਆ, ਬਿਲਕੁਲ ਵੈਸ਼ਨੋ, ਤੇ ਰਹਿਣਾ ਵੀ ਸੋਫੀ ਚਾਹੀਦਾ ਵਾ, ਨਹੀਂ ਦੇਣੀ। ਬਾਕੀ ਸੋਨੂੰ ਵੀਰ ਨੇ ਅੱਜ ਕਰ ਦੇਣਾ ਕੰਮ, ਪਰ ਨਹੀਂ ਨਹੀਂ ਮੈਂ ਵੀ ਛੱਡਦੀ, ਮੈਂ ਕਿਹਾ ਆ ਚੱਲੀ ਘਰ ਨੂੰ, ਮੈਂ ਛੱਡਦੀ। ਤੇ ਕਿੰਨੇ ਕੁ ਗੁੱਡੇ ਚੜਾਏ ਅੱਜ? ਗੁੱਡੇ ਚੜਾਏ ਵਾਲੇ 5-6 ਗੁੱਡੇ ਚੜਾਉਣੇ, ਕਾਹਦੇ ਮਜ਼ਾ ਕਾਹਦਾ ਭਲਾ ਹੁੰਦਾ ਗੁੱਡੇ ਚੜਾਉਣ ਲੱਗੇ ਲੁੱਟਣ ਦਾ।
ਮੇਰਾ ਰਾਦਾ ਹੀ ਪਹਿਲਾਂ ਭਾਂਬੜੀ ਆਉਂਦਾ ਫਿਰ ਮੈਂ ਬਦਲ ਹੀ ਦਿੱਤਾ ਰਾਦਾ ਮੈਂ ਲੁੱਟ ਲੱਟ ਕੇ ਤੇ ਆ ਗਿਆ ਵਾ ਗੁੱਡੇ ਚੜਾਏ ਦੋ ਗਾ ਹੁਣ ਜਾ ਕੇ ਚੜਾਉਣੇ ਆ ਇੱਕ ਵਲੌਗ ਵੀ ਬਣਾਉਣਾ ਸੀ ਵਲੌਗ ਕਾਹਦਾ ਬਣਾਉਣਾ ਵਲੌਗ ਲਾ ਕੇ ਸਪੀਕਰ ਬੜੇ ਲੱਗੇ ਵਲੌਗ ਕੀ ਬੰਦਾ ਵਲੌਗ ਰੌਲਾ ਬੜਾ ਹੋਣਾ ਇੱਥੇ ਪਿੰਡ ਚੱਲ ਕੋਈ ਨਹੀਂ ਮੇਰਾ ਬਣਾ ਦੇ ਕੇ ਨਹੀਂ ਬਣ ਗਿਆ ਵਾ ਕਿੰਨਾ ਹੀ ਬਣਦੀ ਆ ਵੀਡੀਓ ਬਸ ਰਹਿ ਗਈ ਆ ਥੋੜ੍ਹੀ ਜਿਹੀ ਆ ਗਈਆਂ ਬਣਾ ਕੇ ਹਾਂ ਖਤਮ ਹੋ ਗਈ ਤੇ ਸਾਰਿਆਂ ਨੂੰ ਫੇਰ ਤੋਂ ਹੈਪੀ ਹੈਪੀ ਲੋਹੜੀ ਬਹੁਤ ਬਹੁਤ ਉਹ ਆ ਗਈ ਮੋਟੋ ਦੋ ਮੋਟੋ ਆ ਗਈਆਂ ਮੋਟੋ ਚ ਮੋਟੋ ਵੱਜੀ ਪਈ ਆ ਭਾਬੀ ਸਤਿ ਸ਼੍ਰੀ ਅਕਾਲ ਹੈਪੀ ਲੋਹੜੀ ਸਾਰਿਆਂ ਨੂੰ ਹਾਂਜੀ ਮੇਰੇ ਵੱਲੋਂ ਹੈਪੀ ਲੋਹੜੀ ਮੇਰੇ ਵੱਲੋਂ ਸੇਮ ਟੂ ਯੂ ਤੇ ਮੈਂ ਉਹਨਾਂ ਵੱਲੋਂ ਕਹਿਤਾ ਨਾ ਸਾਰਿਆਂ ਨੂੰ ਹੈਪੀ ਲੋਹੜੀ ਸੇਮ ਟੂ ਯੂ ਬਣ ਗਈ ਬਣ ਗਈ ਮੇਰੇ ਰਹਿ ਗਏ ਸੀ ਨਾ ਪੁੱਛਾ ਭਲਾ ਉਹਨਾਂ ਨੂੰ ਉਹਨਾਂ ਨੇ ਲਾਉਣਾ ਹੈ ਭੁੱਗਾ ਅੱਜ ਰਹਿਣ ਦੇ ਕੱਲ ਨੂੰ ਬਣਾ ਲੈਵਾਂਗੇ ਕਿੰਨਾ ਨੇ ਲਾਉਣਾ ਭੁੱਗਾ ਸੋਨੂੰ ਵੀਰ ਹੋਣਾ ਬੋਨਲੈਸ ਕਰਾਇਆ ਹੋਣਾ ਨਹੀਂ 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 ਮਾਗੀ ਵਾਲੇ ਦਿਨ ਲੱਗਦਾ ਨਹੀਂ ਭੁੱਗਾ ਨਾ ਨਾ ਲੋੜੀ ਆਂਦੀ ਆਂਦੀ ਭੁੱਗਾ ਮਾਗੀ ਵਾਲੇ ਦਿਨ ਲੱਗਦਾ ਆਹੋ ਹਾਂ ਅਗਲੇ ਦਿਨ ਕੌਣ ਕਹਿੰਦਾ ਉਹ ਭਰਾਵਾ ਲੋੜੀ ਵਾਲੇ ਦਿਨ ਭੁੱਗਾ ਲੱਗਦਾ ਵਾ ਲੱਗਦੇ ਭੁੱਗਾ ਤੇ ਲੋੜੀ ਵਾਲੇ ਦਿਨ ਹੁੰਦਾ ਆਹ ਹੋਰ ਜੀ ਨੇ ਮਾਗ ਖਾਦੀ ਆਹ ਉਹ ਤੇ ਪਰ ਖੀਰ ਤੇ ਖਿਚੜੀ ਸਾਗ ਇਹ ਮੇਰੇ ਨਾਲ ਜਿੱਦਣ ਦੀ ਆਂਦੀ ਮਾਗੀ ਵਾਲੇ ਦਿਨ ਭੁੱਗਾ ਲੱਗਦਾ ਇਹ ਵੀ ਉਦਾਂ ਮੇਰੇ ਵਾਂਗੂ ਸਿਆਣੀ ਬੜੀ ਭਾਬੀ ਆਹੋ ਮੁੰਡੇ ਦਾ ਨਾ ਗੱਟੂ ਇਹ ਵੀ ਬੁਲਟ ਥੱਲੇ ਬੁਲਟ ਆ ਗਿਆ ਸੀ ਤੁਹਾਨੂੰ ਇਹ ਚ ਪੈ ਗਈ ਅੱਜ ਵਾਲੀ ਚ ਕਿ ਮਨਜੀਤ ਰਿਆੜ ਬੁਲਟ ਕਮੈਂਟਰੀ ਚ ਜਿਆਦਾ ਇਹ ਬੁਲਟ ਹੀ ਚੱਲਦਾ ਹੁਣ ਪਾਕੀ ਉਹਦਾ ਹੋ ਗਿਆ ਮਸ਼ਹੂਰ ਹੀ ਉਹ ਨਾਂ ਨਾ ਮੇਰੇ ਕਹਿ ਪਹਿਲਾਂ ਦੱਸ ਕੇ ਜਾ ਕੀ ਬਣਾਇਆ ਅੱਜ ਮੈਂ ਉੱਥੇ ਰੁਕ ਗਿਆ ਫਿਰ ਥੋੜੀ ਜੀ ਖਾਧੀ ਫਿਰ ਭੱਜ ਕੇ ਡੋਲੂ ਲੈਣ ਫਿਰ ਡੋਲੂ ਚ ਪਵਾਈ ਘਰ ਸਾਹ ਬਣਾ ਲੈ ਗੁਰਦੁਆਰੇ ਭੁੱਖ ਆ ਗਿਆ ਲੰਗਰ ਇਕੱਠਾ ਕਰਨ ਦਾ ਨਹੀਂ ਬੜੇ ਜਾਣੇ ਖਾਂਦੇ ਸੀ ਯਾਰ ਪਹਿਲਾਂ ਆਪਾਂ ਜਿੱਦਾਂ ਲਾ ਲਾ ਤਿੰਨ ਚਾਰ ਸਾਲ ਹੀ ਹੋ ਗਏ ਭਾਂਬੜੀ ਆਇਆਂ ਨੂੰ ਤੇ ਮੈਂ ਜ਼ਿਆਦਾ ਨਹੀਂ ਸੀ ਦਿਲ ਕਰਦਾ ਇੱਦਾਂ ਹੁਣ ਐਰਕਾਂ ਪਿਛਲੇ ਸਾਲ ਵੀ ਤੇ ਐਰਕਾਂ ਵੀ ਪ੍ਰਭਾਤ ਫੇਰੀਆਂ ਤੇ ਜ਼ਿਆਦਾ ਗਿਆ ਤੇ ਬਾਬਿਆਂ ਬੂਬਿਆਂ ਨਾਲ ਵੀ ਇੱਦਾਂ ਪਛਾਣ ਜੀ ਹੋ ਗਈ ਥੋੜੀ ਜੀ ਘੁਲ ਮਿਲ ਜਾ ਗਿਆ ਮੈਂ ਕਿਹਾ ਚੱਲ ਬੰਦਾ ਬਾਬਿਆਂ ਨਾਲ ਬਾਬਾ ਬਣ ਜਾਂਦਾ ਨਿਆਣਿਆਂ ਨਾਲ ਨਿਆਣਾ ਸਿਆਣਿਆਂ ਨਾਲ ਸਿਆਣਾ ਚੰਗੀ ਗੱਲ ਆ ਸਰ ਜਿਹੜੇ ਢੋਲੀ ਆਏ ਆਹੋ ਉਹ ਢੋਲ ਹੁੰਦੀ ਤੇ ਥੋੜੀ ਮੰਗਣਾ ਉਹਨਾਂ ਨੂੰ ਰਹਿਣ ਦੋ ਨਾ ਤੇ ਗਲੋ ਲਾ ਕੇ ਤੇ ਆਪ ਵਜਾਉਣ ਡੈ ਪਿਆ ਸੇਮ ਹੀ ਪੂਰਾ ਵਜਾਇਆ ਹਾਰਮੋਨੀਆ ਵਜਾਉਣ ਡੈ ਇੱਕ ਦਿਨ ਹੈ ਹਰਮੋਨੀਆ ਵਜਾਉਣ ਡੈ ਮੈਂ ਵੀ ਕਰ ਰਾਤ ਨੂੰ ਮੈਂ ਰੋਟੀ ਤੇ ਤੰਦੂਰੀ ਬਣਾ ਕੇ ਖਾ ਗੁਰਦਾਰੇ ਦਾ ਖਰਾਬ ਹੋਇਆ ਸੀ ਸਹੀ ਕਰਾਉਣ ਨਹੀਂ ਲਿਆਂਦਾ ਸੀ ਮੈਂ ਕਰਤਾ ਸਹੀ ਸਹੀ ਉਹ ਵੀ ਸਹੀ ਕਰ ਦਿੰਦਾ ਲੈ ਖੋਲ ਕੇ ਦਿੰਦਾ ਤਾਂ ਗੁਰਦਾਰੇ ਦੀ ਢੋਲਕੀ ਸਹੀ ਕਰਕੇ ਦਿੱਤੀ ਹਰਮੋਨੀਆ ਵੀ ਸਹੀ ਹੋ ਗਿਆ ਹੁਣ ਰੋਜ਼ ਇੱਕ ਤਾਂ ਹਲੇ ਦੇ ਕੇ ਨਹੀਂ ਆਉਣਾ ਮਹੀਨਾ ਕੁ ਰੱਖਣਾ ਵਾ ਰੋਜ਼ ਇੱਕ ਸ਼ਬਦ ਫੇਰ ਲਿਆਉਣਾ ਆਪਣਾ ਗੁਰਦੁਆਰੇ ਦੀ ਸਹੀ ਕਰਦੀ ਆਪਣੀ ਵੀ ਕਰ ਲਾ ਗੋਲ ਹੋਈ ਜਾਂਦੀ ਮੈਂ ਤੁਹਾਨੂੰ ਕਹਿਣ ਲੱਗਾ ਵੀ ਲਿਆ ਦੋ ਵਧੀਆ ਵਾ ਸਿੱਖ ਲੂ ਬੱਚਾ
ਮਾੜਾ ਜਿਹਾ ਉਹ ਵੀ ਵੇਖਣਾ ਨਾ ਕਿਹੜੀ ਕਿਹੜਾ ਲਿਆਉਣਾ ਵਾ ਇਹ ਬੜੀ ਤਰ੍ਹਾਂ ਦੇ ਆਉਂਦੇ ਚਾਰ ਪੰਜ ਤਰ੍ਹਾਂ ਦੇ ਬੱਚੀ ਵਾਲਾ ਲਿਆਉਣਾ ਤਾਂ ਮੈਂ ਉਹਨਾਂ ਸਾਰਾ ਆਪਣਿਆਂ ਨੂੰ ਪੁੱਛੂੰਗੀ ਕਈ ਮਾਘੀ ਵਾਲੇ ਦਿਨ ਜਿਦਾ ਹੁਣ ਆਪਾਂ ਨੂੰ ਉਧਰ ਸੰਗਰੂਰ ਵਗੈਰਾ ਦਾ ਕੁਛ ਨੀ ਪਤਾ ਹਨਾ ਤੇ ਕੁਛ ਕੁ ਵੀਡੀਓ ਦੇ ਵਿੱਚ ਏਦਾਂ ਵੇਖਿਆ ਅਸੀਂ ਇਧਰ ਸੱਜੇ ਪਾਸੇ ਬਹਿ ਕੇ ਤਾਰ ਕੱਢਦੇ ਆ ਉਹ ਖੱਬੇ ਪਾਸੇ ਬਹਿ ਕੇ ਤਾਰ ਕੱਢਦੇ ਹਾਂ ਨਹੀਂ ਹੁੰਦਾ ਵਾ ਥੋੜਾ ਬਹੁਤਾ ਫਰਕ ਤੇ ਹੁੰਦਾ ਹੀ ਆ ਨਹੀਂ ਪਰ ਆਪਣੇ ਵੀ ਹੈ ਵਾ ਉਹ ਤੇ ਮੈਂ ਉਦਾਂ ਇਹਨੂੰ ਸਤਾਉਣ ਡਿਆ ਸੀ ਆਪਣੇ ਵੀ ਕਈ ਮਾਘੀ ਵਾਲੇ ਦਿਨ ਹੀ ਲਾਉਂਦੇ ਭੁੱਗਾ ਜੋ ਆਪਾਂ ਲੋਹੜੀ ਤੇ ਇੱਕ ਦਿਨ ਪਹਿਲਾਂ ਲਾਤਾ ਹੈ ਜਦੋਂ ਫਜ਼ਲਤ ਮਾਨ ਮਨਾਇਆ ਅਗਲੀ ਲੋਹੜੀ ਤੇ ਲਾਵਾਂਗੇ ਪਰ ਰੱਬ ਸੁੱਖ ਰੱਖੇ ਆਹੋ ਤੈਨੂੰ ਦੱਸਣ ਡਿਆ ਉਹ ਕਿਉਂ ਜੇ ਕਰਨੀ ਕੋਈ ਪਾਰਟੀ ਪੂਰਟੀ ਲੋੜੀ ਵੀ ਆਵਾਂ ਉਹ ਤੇ ਕਹਿਣ ਡਿਆ ਸੀ ਸਾਬੀ ਆ ਵੇਲਾ ਤੂੰ ਕਹਿਣ ਡਿਆ ਸੀ ਆ ਜਾ ਤੇ ਉਹ ਕਹਿੰਦੀ ਨਾ ਆਵੀਂ ਓਵੇ ਹੁਣ ਮੂੰਹ ਨਹੀਂ ਕਰਦਾ ਓਏ ਉਹ ਵੀ ਸ਼ਰਮਿੰਦਾ ਮੈਂ ਆਉਣ ਲੱਗਾ ਸੀ ਪਹਿਲਾਂ ਸਵੇਰੇ ਫਿਰ ਮੈਂ ਕੈਂਸਲ ਕਰਤਾ ਕੰਮ ਬਾਬਾ ਚੰਡੀਆਂ ਤੁਹਾਡੇ ਪਿੰਡ ਬਾਬਾ ਚੰਡੀਆਂ ਤੁਹਾਡੇ ਪਿੰਡ ਤੂੰ ਤਾਂ ਲਟੇਰਾ ਬਣਿਆ ਅੱਜ ਪੂਰਾ ਫਿਰ ਬੜੇ ਸੁੱਖ ਲੋਹੜੀ ਮੰਗ ਕੇ ਦੱਸ ਕਿੱਦਾਂ ਮੰਗਦੇ ਜਾ ਫਿਰ ਭੱਜਾ ਜਾ ਨਹੀਂ ਜਾ ਤੂੰ ਵੀ ਮੰਗ ਲੈਣੀ ਸੀ ਨਾ ਆਹੋ ਬਾਏ ਜਾ ਹੁਣ ਤੁਸੀਂ ਦੱਸੋ ਵਿਚਾਰ ਆਪਣੇ ਕਈ ਵਾਰੀ ਸਾਡੇ ਇੱਧਰ ਇੱਧਰਲੇ ਘਰ ਇੱਧਰ ਨੂੰ ਹੁੰਦੀ ਆ ਨਾ ਹਵਾ ਫਿਰ ਸਾਡੇ ਬੜੇ ਗੁੱਡੇ ਆਉਂਦੇ ਹੁੰਦੇ ਫਿਰ ਮੈਂ ਤੇ ਸ਼ੈਲੀ ਦਗੜ ਦਗੜ ਪੈਲੀਆਂ ਦੇ ਵਿੱਚ ਅੱਜ ਇੱਧਰ ਨੂੰ ਨਹੀਂ ਗਈ ਅੱਜ ਪਰੇ ਨੂੰ ਆ ਲੋਹੜੀ ਵਾਲੇ ਦਿਨ ਰੌਣਕ ਹੁੰਦੀ ਆ ਪਿੰਡਾਂ ਚ ਇੱਥੇ ਵੇਖ ਲੋ ਸੁਣ ਪਈ ਸਾਰੇ ਨਿਆਣੇ ਚਲ ਗਏ ਪਿੰਡ ਗੁੱਡੀਆਂ ਚੜਾਉਣ ਤੇ ਇੱਥੇ ਕੋਈ ਵੀ ਨੀ ਅਸੀਂ ਬਸ ਤਿੰਨ ਚਾਰ ਜਾਣੇ ਇਹ ਡੇਰਿਆਂ ਦੀ ਲੋਹੜੀ ਆਹੋ ਨਹੀਂ ਆਉਂਦੀ ਹੁਣ ਇੱਥੇ ਕੱਲ ਨੂੰ ਆਉਣੇ ਆ ਨਾ ਕੱਲ ਨੂੰ ਆਉਣੇ ਸਾਰੇ ਜਣੇ ਅਸੀਂ ਦਿਨ ਤਿਉਹਾਰ ਹੁਣ ਜਿੱਦਾਂ ਮੈਨੂੰ ਬੜਾ ਚਾਅ ਹੁੰਦਾ ਸੀ ਗੁੱਡੀਆਂ ਦਾ ਬੜੀਆਂ ਗੁੱਡੀਆਂ ਚੜਾਉਣੀਆਂ ਦੇਵੀ ਕਿਦਾਂ ਬੈਗੀ ਟੌਰ ਨਾ ਵੀ ਮੋਡੀ ਆ ਫੁੱਲੇ ਤੇ ਨਾਲ ਨਾਲ ਤਰੀ ਫਿੰਡੀ ਸਟੈ ਵੀ ਚਲੋ ਠੀਕ ਹੈ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੈਪੀ ਲੋਹੜੀ ਫੇਰ ਤੋਂ ਇੱਕ ਵਾਰ ਬਾਏ 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 ਬਾਏ